ਯਾਰਵੀਂ ਕਹਾਣੀ ਫਸਾ। ਪਰਮੇਸ਼ੁਰ ਨੇ ਮੂਸਾ ਅਤੇ ਹਾਰੂਨ ਕੀ ਫਿਰੌਨ ਦੇ ਕੋਲ ਇਹ ਆਖਣੇ ਵਾਸਤੇ ਭੇਜਿਆ ਕਿ ਇਜ਼ਰਾਈਲੀਆਂ ਕੀ ਜਾਣ ਦੇ। ਉਹਨੇ ਉਸੀ ਚੇਤਾਵਨੀ ਦਿੱਤੀ ਕਿ ਅਗਰ ਉਹ ਉਹਨੇ ਕੀ ਜਾਣ ਨਹੀਂ ਦੇਗ ਤਾਂ ਪਰਮੇਸ਼ੁਰ ਮਿਸਰ ਦੇ ਲੋਕਾਂ ਦੇ ਅਤੇ ਜਾਨਵਰਾਂ ਦੇ ਅਤੇ ਸਾਰੇ ਵੱਡੇ ਵੱਡੇ ਕੀ ਮਾਰੁੜ। ਫਿਰੌਨ ਨੇ ਇਹ ਸੁਣੀਏ ਵੀ ਪਰਮੇਸ਼ੁਰ ਉੱਪਰ ਵਿਸ਼ਵਾਸ ਕਰਨੇ ਕੋਲਾਂ ਅਤੇ ਉਹਦੀ ਗੱਲ ਮੰਨਣੇ ਕੋਲਾਂ ਮਨ੍ਹਾ ਕੀਤਾ। ਪਰਮੇਸ਼ੁਰ ਨੇ ਉਹਦੇ ਉੱਪਰ ਵਿਸ਼ਵਾਸ ਕਰਨ ਵਾਲੇ ਕਿਸੇ ਦੇ ਵੀ ਜੇਠੇ ਪੁੱਤਰ ਗੀ ਬਚਾਉਣ ਵਾਸਤੇ ਇੱਕ ਅਲ ਕੀਤਾ। ਹਰ ਪਰਿਵਾਰ ਗੀ ਇੱਕ ਸ਼ੁੱਧ ਭਿੱਡੂ ਲਈਏ ਉਹਦਾ ਕਤਲ ਕਰਨਾ ਹਾ। ਪਰਮੇਸ਼ੁਰ ਨੇ ਇਜ਼ਰਾਈਲੀਆਂ ਕੋਲਾਂ ਉਸ ਭਿੱਡੂਏ ਖੂਣੇ ਗੀ ਲਈਏ ਆਪਣੇ ਘਰੇ ਦੇ ਦਰਵਾਜ਼ੇ ਉੱਪਰ ਲਾਣੇ ਗੀ ਆਖਿਆ। ਉਹਨੇ ਉਹਦੇ ਮਾਸ ਗੀ ਭੁੰਨਣਾ ਹਾ ਅਤੇ ਪੀ ਉਹਨੇ ਗੀ ਅਖਮੀਰੀ ਰੋਟੀ ਦੇ ਕੰਨੇ ਉਸੀ ਝਾਟਪੱਟ ਖਾਣੀ ਹੀ। ਉਸਨੇ ਉਸ ਭੋਜਨ ਦੇ ਖਾਣੇ ਦੇ ਬਾਅਦ ਉਹਨੇ ਗੀ ਫਟਾਫਟ ਮਿਸਰ ਗੀ ਛੁੱਟਣ ਵਾਸਤੇ ਤਿਆਰ ਰਹਿਣ ਵਾਸਤੇ ਆਖਿਆ। ਜੇ ਵੀ ਕਰਨ ਵਾਸਤੇ ਪਰਮੇਸ਼ੁਰ ਨੇ ਇਜ਼ਰਾਈਲੀ ਹੁਕਮ ਦਿੱਤਾ ਹਾ, ਉਹਨੇ ਉਹ ਸਭ ਕੁਛ ਕੀਤਾ। ਅੱਧੀ ਰਾਤੀ 'ਚ ਪਰਮੇਸ਼ੁਰ ਹਰ ਇੱਕ ਜੇਠੇ ਪੁੱਤਰ ਗੀ ਮਾਰਦੇ ਮਿਸਰ ਦੇ ਵਿੱਚੇ ਗਿਆ। ਇਜ਼ਰਾਈਲੀਆਂ ਦੇ ਹਰ ਇੱਕ ਘਰ ਦੇ ਦਰਵਾਜ਼ੇ ਉੱਪਰ ਖੂਨ ਲੱਗਾ ਹਾ, ਇਸ ਕਰੀ ਪਰਮੇਸ਼ੁਰ ਨੇ ਉਹਨੇ ਗੀ ਛੁੱਡੀ ਦਿੱਤਾ। ਉਹਦੇ ਕੋਲ ਜੇਕੇ ਵੀ ਲੋਕ ਹੈ ਉਹ ਸਾਰੇ ਬਚੀ ਦੇ, ਉਹ ਭਿੱਡੂਆਂ ਦੇ ਖੂਨੇ ਕਾਰਨ ਬਚੇ ਦੇ। ਲੇਕਿਨ ਮਿਸਰੀਏ ਪਰਮੇਸ਼ੁਰ ਉੱਪਰ ਵਿਸ਼ਵਾਸ ਨਹੀਂ ਕੀਤਾ ਹਾ ਅਤੇ ਉਹਦੇ ਹੁਕਮੇ ਕੀ ਨਹੀਂ ਮੰਨਿਆ ਹਾ, ਇਸ ਕਰੀ ਪਰਮੇਸ਼ੁਰ ਨੇ ਉਹਦੇ ਘਰੇ ਕੀ ਨਹੀਂ ਛੱਡਿਆ। ਪਰਮੇਸ਼ੁਰ ਨੇ ਮਿਸਰੀਏ ਦੇ ਹਰ ਇੱਕ ਜੇਠੇ ਪੁੱਤਰੇ ਕੀ ਮਾਰੀ ਦਿੱਤਾ। ਜੇਲਖਾਨੇ ਦੇ ਕੈਦੀਏ ਅਤੇ ਜੇਠੇ ਕੋਲਾਂ ਲਈਏ ਫਿਰੌਨ ਦੇ ਜੇਠੇ ਤੱਕਰ ਹਰ ਇੱਕ ਜੇਠਾ ਮਰਦ ਮਰੀ ਆ। ਆਪਣੀ ਗਹਿਰੀ ਪੀੜਾ ਦੇ ਕਾਰਨ ਮਿਸਰ ਦੇ ਬੜੇ ਸਾਰੇ ਲੋਕ ਰੁਆ ਦੇ ਹੈ ਅਤੇ ਕਲਪਾ ਦੇ ਹੈ। ਉਸੇ ਰਾਤੀ ਫਿਰੌਨ ਨੇ ਮੂਸਾ ਅਤੇ ਹਾਰੂਨ ਗੀ ਸੱਦਿਆ ਅਤੇ ਆਖਿਆ, ਇਜ਼ਰਾਈਲੀਆਂ ਗੀ ਲਈਏ ਝਟਪਟ ਮਿਸਰ 'ਚ ਨਿਕਲੀ ਜਾਓ। ਮਿਸਰ ਦੇ ਲੋਕਾਂ ਵੀ ਇਜ਼ਰਾਈਲੀਆਂ ਗੀ ਝਟਪਟ ਨਿਕਲੀ ਜਾਣੇ ਗੀ ਆਖਿਆ।